ਹਾਂਜੀ ਬੇਟਾ 6 ਗੁੱਡ ਗੁੱਡ ਇਵਨਿੰਗ एवरीवन ਇਟ ਇੰਪੋਰਟੈਂਟ ਅਨਾਉਂਸਮੈਂਟ ਹੈ ਜੀ 6th ਕਲਾਸ ਦੇ ਸਟੂਡੈਂਟਸ ਲਈ 6th ਤੇ ਤੋਂ ਲੈ ਕੇ 10th ਕਲਾਸ ਦੇ ਸਟੂਡੈਂਟਸ ਦਾ ਉਹਨਾਂ ਦੇ ਅਗਰੇ ਜੀ ਇੰਗਲਿਸ਼ ਅਤੇ ਸਮਾਜਿਕ ਦੇ ਵੀਕਲੀ ਟੈਸਟ ਹੋਣੇ ਨੇ ਜੀ ਹੁਣ ਜਨਵਰੀ ਤੇ ਫਰਵਰੀ ਦੇ ਵਿੱਚ ਜਿਹੜੇ ਉਹ ਟੈਸਟ ਹੋਣਗੇ ਪਹਿਲੇ ਨੰਬਰ ਤੇ ਤਾਂ ਉਹ ਆਫਲਾਈਨ ਟੈਸਟ ਹੋਣਗੇ ਹੁਣ ਆਨਲਾਈਨ ਟੈਸਟ ਨਹੀਂ ਹੋਣੇ ਜੀ 6th ਤੋਂ 10th ਤੱਕ ਦੇ ਜਿਹੜਾ 6th 7th ਠੀਕ ਹੈ ਜੀ 6th 7th ਤੇ 9th ਦੇ ਪੇਪਰ ਤਾਂ ਟੀਚਰ ਆਪਣੇ ਲੈਵਲ ਤੇ ਲੈਣਗੇ ਜਿਹੜੇ 8th ਦੇ 10th ਦੇ ਜਿਹੜੇ ਪੀਪਰਸ ਨੇ ਉਹ ਬੋਰਡ ਵੱਲੋਂ ਆਇਆ ਕਰਨਗੇ ਕਿਤਰਾ ਵੀ ਤੁਹਾਡੀ ਇਹ ਪ੍ਰੀ ਬੋਰਡ ਦੀ ਤਿਆਰੀ ਹੈ ਹਰ ਇੱਕ ਚੈਪਟਰ ਦੀ ਤਿਆਰੀ ਹੋਣੀ ਹੈ ਨਾਲ ਕਿਹੜੇ-ਕਿਹੜੇ ਪੇਪਰ ਹੋਣੇ ਨੇ ਇੰਗਲਿਸ਼ ਤੇ ਐਸਐਸ ਦਾ ਸ਼ਡਿਊਲ ਆ ਚੁੱਕਾ ਐ ਐਵੇਂ ਤੁਹਾਡੇ ਸਾਇੰਸ ਮੈਥ ਦਾ ਵੀ ਆ ਚੁੱਕਾ ਉਹਦੀ ਵੀ ਮੈਂ ਇੱਕ ਵੀਡੀਓ ਬਣਾ ਦੂੰਗਾ ਐਵੇਂ ਸਾਇੰਸ ਦਾ ਐਵੇਂ ਸੇਮ ਹਿੰਦੀ ਦਾ ਪੰਜਾਬੀ ਦਾ ਸਾਰੇ 6 ਦੇ 6 ਮੇਨ ਸਬਜੈਕਟਸ ਦੇ ਬੋਰਡ ਦੇ ਐਗਜ਼ਾਮ ਹੁਣ ਜਨਵਰੀ ਫਰਵਰੀ ਦੇ ਵਿੱਚ ਪ੍ਰੀ ਬੋਰਡ ਚੱਲਨੇ ਨੇ ਜੀ ਤੁਹਾਡੇ ਤੁਹਾਡੇ ਹੁਣ ਆਹ ਲੈਟਰ ਦੇ ਵਿੱਚ ਇੰਗਲਿਸ਼ ਤੇ ਐਸਐਸ ਦੇ ਕਵਰ ਹੋ ਰਹੇ ਨੇ ਚਲੋ ਦੇਖੀਏ ਇ ਲੈਟਰ ਪਹਿਲਾਂ ਤੇ ਇਹਦੇ ਪੇਪਰ ਆਫਲਾਈਨ ਹੋਣੇ ਨੇ ਜਿਹੜੇ 6th 9th 7th ਤੇ 9th ਦੇ ਟੀਚਰਸ ਆਪਣੇ ਲੈਵਲ ਤੇ ਪੇਪਰ ਸੈੱਟ ਕਰਨਗੇ ਜਿਹੜੇ ਤੁਹਾਡੇ ਜਿਹੜੇ ਤੁਹਾਨੂੰ ਸਕੂਲ ਦੇ ਵਿੱਚ ਟੀਚਰਸ ਪੜ੍ਹਾ ਰਹੇ ਨੇ ਤੇ 8th ਦੇ 10th ਦੇ ਬੋਰਡ ਵੱਲੋਂ ਆਣੇ ਨੇ ਠੀਕ ਹੈ ਲੋ ਹੁਣ ਜਿਵੇਂ ਆਪਣੀ ਆ ਡੇਟ ਸ਼ੀਟ ਕਹਿੰਦੀ ਹੈ ਕਿ 8 6th ਕਲਾਸ ਦਾ 8 ਜਨਵਰੀ ਨੂੰ ਜਿਹੜੇ ਜਿਹੜੇ ਟੌਪਿਕ ਦਾ ਟੈਸਟ ਹੋਣਾ ਬੇਟਾ ਆ ਟੌਪਿਕ ਹੈ ਐਸਐਸ ਦਾ ਐਮੀ 7th ਦਾ 5 ਜਨਵਰੀ ਨੂੰ ਟੈਸਟ ਹੋਣਾ ਆ ਟੌਪਿਕ ਦਾ ਠੀਕ ਹੈ ਐਮੀ 9th ਦਾ 7 ਜਨਵਰੀ ਨੂੰ ਟੈਸਟ ਹੋਣਾ ਬੇਟਾ ਆ ਟੌਪਿਕ ਦਾ ਠੀਕ ਹੈ ਜੀ ਐਮੀ ਫੇਰ 6th ਦਾ ਅ 15 ਜਨਵਰੀ ਨੂੰ ਪਹਿਲਾ 6 ਜਨਵਰੀ ਨੂੰ ਹੋਣਾ ਫੇਰ ਉਹਨਾਂ ਦਾ 15 ਜਨਵਰੀ ਨੂੰ ਹੋਣਾ ਐਮੀ ਫੇਰ ਉਹਨਾਂ ਦਾ 7ਵੀਂ ਦਾ 12 ਜਨਵਰੀ ਨੂੰ ਹੋਣਾ ਜੀ ਐਵੇਂ ਨੌਵੀਂ ਦਾ 14 ਜਨਵਰੀ ਨੂੰ ਹੋਣਾ ਆ ਚੈਪਟਰਸ ਦਾ clear ਹੈ ਬੇਟਾ ਠੀਕ ਹੈ ਮੀਨਜ਼ ਕਹਿ ਦਾ ਮਤਲਬ ਇਹ ਹੈ ਜਿਹੜੀ ਆ ਪਹਿਲੀ ਲਾਈਨ ਹੈ ਬੇਟਾ ਆਹ ਲਾਈਨ ਇਹ 6th ਦੇ ਵੇਪਸਦੀ ਹੈ 1 8 ਤਰੀਕ ਨੂੰ ਹੋਣਾ 1 15 ਤਰੀਕ ਨੂੰ 1 22 ਤਰੀਕ ਨੂੰ ਐਵੇਂ 7th ਦੀ ਸੈਕੰਡ ਲਾਈਨ ਹੈ 1 5 ਤਰੀਕ ਨੂੰ 1 12 ਨੂੰ 1 19 ਨੂੰ ਹਫਤੇ ਹਫਤੇ ਬਾਅਦ ਹੋਣੇ ਨੇ ਐਵੇਂ 9th ਦਾ ਹੋਣਾ ਜੀ 1 7 ਨੂੰ 14 ਨੂੰ 21 ਨੂੰ ਠੀਕ ਹੈ ਜੀ ਐਵੇਂ ਅੱਗੇ ਚੱਲੂਗੇ ਤੁਸੀਂ ਐਵੇਂ ਸੇਮ ਬਸ ਹਫਤੇ ਹਫਤੇ ਦਾ ਫਰਕ ਪਾ ਲਓ 6 ਮੀ ਦਾ ਹੋਣਾ ਹੈ ਫੇ 25 ਨੂੰ ਫਿਰ 29 ਨੂੰ ਐਵੇਂ 7ਵੀਂ ਦਾ ਆਉਣਾ ਹੈ 25 ਜਨਵਰੀ ਨੂੰ 2 ਫਰਵਰੀ ਨੂੰ 7ਵੀਂ ਦਾ ਐਵੇਂ 9ਵੀਂ ਦਾ 28 ਜਨਵਰੀ ਨੂੰ ਤੇ 2 ਫਰਵਰੀ ਨੂੰ ਵੀ 9ਵੀਂ ਦਾ ਪੇਪਰ ਹੈ ਆ ਚੈਪਟਰ ਟੌਪਿਕ ਲਿਖੇ ਹੋਏ ਨੇ ਬੇਟਾ ਕਲੀਅਰ ਹੈ ਅੱਗੇ ਚੱਲੀਏ ਤੇ ਐਵੇਂ 29 ਫਰ 19 ਫਰਵਰੀ ਨੂੰ ਵੀ ਉਹਨਾਂ ਦਾ ਪੇਪਰ ਆ ਹੋਣਾ 6ਵੀਂ ਦਾ ਆ 7ਵੀਂ ਦਾ 16 ਫਰਵਰੀ ਨੂੰ ਐਵੇਂ 9ਵੀਂ ਦਾ 11 ਫਰਵਰੀ ਨੂੰ ਆ ਆ ਚੈਪਟਰਾਂ ਦਾ ਪੇਪਰ ਹੋਣਾ ਠੀਕ ਹੈ ਤੇ ਫਿਰ ਆਗੀ ਗੱਲ 10th ਦੀ 10th ਦਾ ਤੇ 8th ਦਾ ਆ 10th ਦਾ ਬੇਟਾ ਸ਼ਡਿਊਲ ਇਹਨਾਂ ਦਾ ਹਫਤੇ ਹਫਤੇ ਬਾਅਦ ਹੈ ਇਹਨਾਂ ਦਾ ਵੀ ਗੈਪ ਹੈ ਐਵੇਂ ਹੀ ਆ ਹੈਗਾ 10th ਦਾ ਸ਼ਡਿਊਲ ਆ ਹੈਗਾ 8th ਦਾ ਸ਼ਡਿਊਲ ਠੀਕ ਹੈ 1 4 ਜਨਵਰੀ ਨੂੰ ਆਣਾ 1 11 ਨੂੰ 18 ਨੂੰ 10th ਦਾ 8ਵੀਂ ਦਾ ਆਉਣਾ ਹੈ 6 ਜਨਵਰੀ ਨੂੰ 13 ਜਨਵਰੀ ਨੂੰ 20 ਜਨਵਰੀ ਨੂੰ ਠੀਕ ਹੈ ਜੀ ਐਵੇਂ ਅੱਗੇ ਹੀ ਸੀਮ ਅ 10ਵੀਂ ਦਾ ਹੋਣਾ ਆਹਾ 1 ਫਰਵਰੀ 15 ਫਰਵਰੀ ਐਵੇਂ ਇਹ ਤਾਂ ਹੈਗਾ 10ਵੀਂ ਦਾ 8ਵੀਂ ਦਾ 3 ਫਰਵਰੀ 28 ਜਨਵਰੀ 17 ਫਰਵਰੀ ਕਲੀਅਰ ਹੈ ਬੇਟਾ ਇੱਕ ਤਰ੍ਹਾਂ ਦਾ ਪ੍ਰੀ ਬੋਰਡ ਹੈ ਤੁਹਾਡਾ ਇਹ ਤਾਂ ਹੋ ਗਈ ਗੱਲ ਐਸਐਸ ਦੀ ਹੁਣ ਆ ਗਈ ਗੱਲ ਇੰਗਲਿਸ਼ ਦੀ ਇੰਗਲਿਸ਼ ਦਾ 6ਵੀਂ ਦਾ ਇੰਗਲਿਸ਼ ਦਾ ਪੇਪਰ ਜਿਹੜਾ ਟੀਚਰਜ਼ ਨੇ ਆਪਣੇ ਲੈਵਲ ਤੇ ਸੈੱਟ ਕਰਨਾ ਉਹ 6 ਜਨਵਰੀ ਨੂੰ ਆਣਾ ਫਿਰ 7 ਦਿਨਾਂ ਬਾਅਦ 13 ਜਨਵਰੀ ਨੂੰ ਫਿਰ 20 ਜਨਵਰੀ ਨੂੰ ਐਵੇਂ 7 ਦਿਨਾਂ ਬਾਅਦ 27 ਜਨਵਰੀ ਵਗੈਰਾ ਨੂੰ ਹੋਊਗਾ ਐਵੇਂ 7ਵੀਂ ਦਾ 7 ਤਰੀਕ ਨੂੰ 14 ਨੂੰ ਫਿਰ 7 ਦਿਨ ਦੇ ਬਾਅਦ 21 ਨੂੰ ਆਹ ਪੜਾ ਆਹ ਟੌਪਿਕ ਦੇ ਵਿੱਚ ਪੇਪਰ ਆਣਾ ਬੇਟਾ ਐਵੇਂ 9ਵੀਂ ਦਾ 8ਵੀਂ 8 ਜਨਵਰੀ ਨੂੰ ਇਹਦਾ 15 ਜਨਵਰੀ ਨੂੰ ਇਹਦਾ ਐਂਡ ਸੋਨ ਠੀਕ ਹੈ ਬੇਟਾ ਐਵੇਂ ਦੇਖੋ ਅੱਗੇ ਚੱਲਦਾ ਆਪਿਆ 6ਵੀਂ ਦਾ 13 ਜਨਵਰੀ, 20 ਜਨਵਰੀ, 28 ਜਨਵਰੀ ਇਹ 6ਵੀਂ ਦੇ ਪੇਪਰ ਹੋਣੇ ਨੇ। ਅੱਛਾ ਐਵੇਂ ਪੇਪਰ ਹੋਣੇ ਨੇ। ਐਵੇਂ ਹੀ 7ਵੀਂ ਦੇ ਹੋਣੇ ਨੇ 14 ਜਨਵਰੀ, 21, 28, 29, 4 ਜਨਵਰੀ ਨੂੰ। ਐਵੇਂ ਹੀ 9ਵੀਂ ਦੇ ਹੋਣੇ ਨੇ 15 ਜਨਵਰੀ, 22 ਜਨਵਰੀ, 30 ਜਨਵਰੀ, 5 ਜਨਵਰੀ ਨੂੰ। ਬੇਟਾ ਇਹ ਜਿੰਨੇ ਵੀ ਪੇਪਰਸ ਹੋਣੇ ਨੇ ਸਾਰੇ ਆਫਲਾਈਨ ਹੋਣੇ ਨੇ। ਮਤਲਬ ਕੀ ਸਬਜੈਕਟਿਵ ਟਾਈਪ ਦੇ ਪੇਪਰ ਹੋਣਾ ਹੈ? ਕਵੈਸਚਨ ਬੜੇ ਬੜੇ ਕਵੈਸਚਨ ਛੋਟੇ ਫਿਰ ਉਸ ਤੋਂ ਬੜੇ ਜਿਵੇਂ ਆਪਣੇ ਪੇਪਰ ਪੈਟਰਨ ਹੁੰਦਾ بڑا ਪੇਪਰ ਆਉਂਦਾ ਫਾਈਨਲ ਉਵੇਂ ਹੀ ਹੋਣਾ ਹੈ ਜੀ ਇਹ ਪੇਪਰ ਇੱਕ ਤਰ੍ਹਾਂ ਦਾ ਪ੍ਰੀ ਬੋਰਡ ਹੈ ਬੇਟਾ ਇਹਦੇ 23 CC ਦੇ ਨੰਬਰ ਵੀ ਲੱਗਦੇ ਹੁੰਦੇ ਨੇ ਫਿਰ ਆ ਜਾਂਦਾ ਬੇਟਾ ਜਿਹੜਾ ਇੰਗਲਿਸ਼ ਦੇ ਦੇਖੋ ਇੰਗਲਿਸ਼ ਦਾ ਪਹਿਲਾ 8th ਕਲਾਸ ਦੇ ਇੰਗਲਿਸ਼ ਦਾ ਕਦੋਂ-ਕਦੋਂ ਪੇਪਰ ਹੈ 1 4 ਜਨਵਰੀ ਨੂੰ ਹੈ 11 ਨੂੰ ਹੈ 18 ਨੂੰ ਹੈ 25 ਨੂੰ ਹੈ 7-7 ਦਿਨਾਂ ਦਾ ਫਰਕ ਹੈ ਠੀਕ ਹੈ ਇਹ ਫੇਰ ਅੱਗੇ 1 ਫਰਵਰੀ ਨੂੰ ਵੀ ਹੈ ਠੀਕ ਹੈ ਜੀ ਇਹ ਹੈ ਤੁਹਾਡਾ ਸਾਰਿਆ 8ਵੀਂ ਦਾ ਠੀਕ ਹੈ ਜੀ ਕਲੀਅਰ ਹੈ ਆ ਹੋਮਵਰਕ ਤੁਹਾਨੂੰ ਦੱਸਤਾ ਉਹਨਾਂ ਨੇ ਕਿ ਆ ਹੋਮਵਰਕ ਹੈ ਕਿ ਇਹਦੇ ਚ ਆ ਲੈਣਾ ਆ ਸਾਰਾ ਕੁਝ ਤੁਹਾਨੂੰ ਸਬਜੈਕਟ ਟੀਚਰ ਥੋੜੇ ਸਮਝਾ ਦੇਣਗੇ ਕੀ ਆ ਠੀਕ ਹੈ ਬਾਕੀ ਜਿਹਨੇ ਸਕਰੀਨਸ਼ਾਟ ਲੈਣਾ ਲੈ ਸਕਦਾ ਹੈ ਐਮੀ 7ਵੀਂ ਦਾ ਬੇਟਾ 10ਵੀਂ ਦਾ ਕਿਹੜੇ-ਕਿਹੜੇ ਦਿਨਾ ਦੇਖੋ 10ਵੀਂ ਦਾ ਹੈ 1 5 ਜਨਵਰੀ ਨੂੰ 10ਵੀਂ ਦਾ 5 ਤਰੀਕ ਨੂੰ 12 ਤਰੀਕ ਨੂੰ 19 ਤਰੀਕ ਨੂੰ 27 ਤਰੀਕ ਨੂੰ 2 ਫਰਵਰੀ ਨੂੰ ਠੀਕ ਹੈ ਬੇਟਾ ਇਹ ਸਾਰੀ ਸੀਗੀ ਡੇਟਸ਼ੀਟ ਪ੍ਰੀ ਬੋਰਡ ਦੀ ਬੇਟਾ ਹਰ ਇੱਕ ਵੇਪਰ ਨੂੰ ਧਿਆਨ ਨਾਲ ਗਣੀਓ ਤਾਂ ਕਿ ਤੁਹਾਡੀ ਫਾਈਨਲ ਦੀ ਚੰਗੀ ਤਰ੍ਹਾਂ ਤਿਆਰੀ ਹੋ ਸਕੇ ਨਾਲੇ ਸੀਸੀ ਦੇ ਨੰਬਰ ਵੀ ਚੰਗੇ ਲੱਗ ਸਕਣ ਆ ਆਲ ਦੀ ਵੈਸਟ ਸਾਰਿਆਂ ਨੂੰ ਬੇਟਾ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਓਕੇ ਜੀ ਹੈਵ ਅ